ਆਜੇ ਮੈਨੂੰ ਕੰਮ ਦੀ ਲੋੜ ਹੈ ਮੇਰੇ ਕੋਲ ਤਾਂ ਇਹ ਪਹਿਲੇ ਤੋਂ ਚੇਂਜ ਹੈ ਮੈਂ ਪਤਾ ਉਹਨਾਂ ਦਾ ਹੀ ਕੰਮ ਖਰਚਾ ਵਾਂ ਨਹੀਂ ਪਤਾ ਮੈਨੂੰ ਮੌਕੇ ਚੱਲੇ ਗਏ ਤਾਂ ਜੀ ਕੋਈ ਕਰ ਦੋ ਨਹੀਂ ਕੁਛ ਵੀ ਕੰਮ ਦੇ ਦੋ ਨਹੀਂ ਹੋਣਾ ਨਹੀਂ ਸੌਰੀ ਮੇਰੀ ਜ਼ਿੰਦਗੀ ਬਹੁਤ ਰੰਗੀਨ ਸੀ ਪੁੱਤਰਾ ਪਰ ਅੱਜ ਤੋਂ 2 ਸਾਲ ਪਹਿਲਾਂ ਇੱਕ ਐਕਸੀਡੈਂਟ ਵਿੱਚ ਮੇਰੀ ਬੀਵੀ ਅਤੇ ਮੇਰੇ ਬੇਟੇ ਦੀ ਮੌਤ ਹੋ ਜਾਣ ਪਿੱਛੋਂ ਮੇਰੀ ਜ਼ਿੰਦਗੀ ਬਿਲਕੁਲ ਬੇਰੰਗ ਹੋ ਗਈ ਸੀ ਮੈਂ ਸ਼ਰਾਬ ਦੇ ਨਸ਼ੇ ਵਿੱਚ ਡੁੱਬ ਗਿਆ ਸੀ ਪੁੱਤ ਅਤੇ ਮੈਨੂੰ ਕਿਸੇ ਨੇ ਨਹੀਂ ਸੀ ਕਿਹਾ ਵੀ ਫਲਾਣਿਆਂ ਤੋਂ ਸ਼ਰਾਬ ਛੱਡ ਦੇ ਪਰ ਅੱਜ ਤੇਰੇ ਕਹੇ ਤੋਂ ਲੱਗਦਾ ਕਿ ਮੇਰਾ ਪੁੱਤ ਮੈਨੂੰ ਕਹਿ ਰਿਹਾ ਸ਼ਰਾਬ ਛੱਡ ਦੇ ਮੈਨੂੰ ਵਾਕਈ ਲੱਗ ਰਿਹਾ ਮੇਰਾ ਪੁੱਤ ਵਾਪਸ ਆ ਗਿਆ ਥੋੜ੍ਹਾ ਬੁੱਧੀ ਵਾਪਸ ਮੇਰਾ ਪੁੱਤ ਵਾਪਸ ਆ ਗਿਆ ਮੇਰਾ ਪੁੱਤ ਵਾਪਸ ਆ ਗਿਆ ਮੇਰਾ ਪੁੱਤ ਵਾਪਸ ਆ ਗਿਆ ਆਓ ਰਮਨ ਇਹ ਹੈ ਪੁੱਤ ਆਪਣਾ ਆਫਿਸ ਓਕੇ ਸਰ ਕਿੱਦਾਂ ਲੱਗਿਆ ਤੁਹਾਨੂੰ ਆਪਣਾ ਆਫਿਸ ਬਹੁਤ ਵਧੀਆ ਸਰ ਪਲੀਜ਼ ਬੈਠੋ ਥੈਂਕ ਯੂ ਸਰ ਇਹ ਆਪਣੀ ਡਾਇਰੀ ਹੈ ਓਕੇ ਸਰ ਇਹਦੇ ਵਿੱਚ ਆਪਣੇ ਸਾਰੇ ਕੰਟੈਕਟਸ ਨੇ ਕਲਾਇੰਟਸ ਦੇ ਬਾਕੀ ਹੋਰ ਜਿਹੜੀ ਜਾਣਕਾਰੀ ਹੈ ਤੈਨੂੰ ਇਸ 'ਚੋਂ ਮਿਲ ਜੂਗੀ ਠੀਕ ਹੈ ਸਰ ਅਤੇ ਬਾਕੀ ਬਹੁਤ ਮੇਰੀ ਸਿਹਤ ਤਾਂ ਹੁਣ ਠੀਕ ਨਹੀਂ ਰਹਿੰਦੀ ਕਿਉਂ ਮੈਂ ਬਹੁਤ ਬਿਮਾਰ ਰਹਿੰਦਾ ਜੀਵਨ ਨਾ ਹੀ ਮੇਰਾ ਕੰਮ 'ਚ ਮਨ ਲੱਗਦਾ ਇਸ ਸੀਟ 'ਤੇ ਅੱਜ ਤੋਂ ਤੂੰ ਬੈਠਣਾ ਨਾ ਜੀ ਸਰ ਜੀ ਇਹ ਤੁਹਾਡੀ ਸੀਟ ਹੈ ਜੀ ਕੋਈ ਗੱਲ ਨਹੀਂ ਤੁਸੀਂ ਅੱਜ ਤੋਂ ਇਸ ਸੀਟ 'ਤੇ ਬੈਠਣਾ ਪਲੀਜ਼ ਥੈਂਕ ਯੂ ਸਰ ਜੀ ਪਰਮਾਤਮਾ ਰੱਖੀ ਹੋਈ ਓਕੇ ਬੇਟਾ ਬੈਸਟ ਆਫ ਲੱਕ ਥੈਂਕ ਯੂ ਸਰ ਕੰਮ ਲਾ ਕੇ ਮਦਦ ਕਰਨਾ ਹੈ ਹਾਂਜੀ ਸਰ
ਹਾਂ ਜੀ ਸਰ ਬਿਲਕੁਲ ਸਰ ਤੁਹਾਡਾ ਸੋਮਵਾਰ ਤੱਕ ਕੰਪਲੀਟ ਸਾਰਾ ਤਿਆਰ ਕਰ ਲਾਂਗੇ ਤੁਸੀਂ ਸੋਮਵਾਰ ਨੂੰ ਆ ਕੇ ਆਪਣਾ ਕਰ ਲਓ ਨਹੀਂ ਸਾਰਾ ਕੁਝ ਤਿਆਰ ਹੋਇਆ ਤੁਹਾਡਾ ਜੀ ਤਿਆਰ ਹੋ ਜੂ ਓਕੇ ਸਰ ਥੈਂਕ ਯੂ ਸਰ ਥੈਂਕ ਯੂ ਹੋਰ ਜੀ ਸਰ ਜੀ ਕਿਵੇਂ ਹੋਰ ਜੀ ਬੇਟਾ ਮੈਨੂੰ ਬਹੁਤ ਅੱਛਾ ਲੱਗਿਆ ਤੈਨੂੰ ਇੰਨੇ ਕੰਟੈਕਟਸ ਵਿੱਚ ਬਾਈ ਕੇ ਤੁਹਾਡੀ ਕਿਰਪਾ ਕਰਾਈ ਜੀ ਵੈਰੀ ਗੁੱਡ ਬੇਟਾ ਕੀਪ ਇਟ ਅਪ ਮੈਨੂੰ ਤੇ ਤੋਂ ਇੰਨੀ ਮਿਸ ਥੈਂਕ ਯੂ ਸਰ ਵੈਰੀ ਗੁੱਡ ਵੈਰੀ ਗੁੱਡ ਹੈਲੋ ਵੀਰ ਜੀ ਕੀ ਹਾਲ ਹੈ ਵਧੀਆ ਜੀ ਵਧੀਆ ਸਰ ਇੱਕ ਕੰਮ ਸੀ ਤੁਹਾਡੇ ਲਈ ਇੱਕ ਬੁੱਕ ਆਪਾਂ ਨੇ ਪਬਲਿਸ਼ ਕਰਾਉਣੀ ਹੈ ਹਾਂਜੀ ਜਲਦ ਤੋਂ ਜਲਦ ਕੋਈ ਗੱਲ ਤੈਨੂੰ ਕਹਿਤਾ ਨਾ ਯਾਰ ਕੋਈ ਚੱਲਦਾ ਰਹਿੰਦਾ ਨਾ ਫੋਨ ਕਰਿਓ
ਮੰਮੀ ਵੀਰਾ ਆ ਗਿਆ ਸਾਨੂੰ ਵੀ ਫਕਰ ਆ ਵੀ ਸਾਡਾ ਮੁੰਡਾ ਅੱਜ ਕੋਈ ਪ੍ਰਾਪਤੀ ਕਰਕੇ ਆਇਆ।